ਡਿਜੀਟਲ ਪ੍ਰੈਸ ਕਲੱਬ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਮੌਜੂਦ ਵੱਖ ਵੱਖ ਮੈਂਬਰਾਂ ਨੇ ਅਤੇ ਅਹੁਦੇਦਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਲ ਹੀ ਨਾਲ ਪਲੈਨ ਕੀਤਾ ਕਿ ਕਿਸ ਤਰੀਕੇ ਦੇ ਨਾਲ ਡਿਜੀਟਲ ਪ੍ਰੈਸ ਕਲੱਬ ਅਤੇ ਡਿਜੀਟਲ ਮੀਡੀਆ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾ ਸਕਦਾ ਹੈ। ਅੱਜ ਡਿਜੀਟਲ ਪ੍ਰੈਸ ਕਲੱਬ ਦੀ ਸਾਡੀ ਤੀਜੀ ਮੀਟਿੰਗ ਆ, ਜਿਹਦੇ ਵਿੱਚ ਲਗਭਗ ਡਿਜੀਟਲ ਚੈਨਲ ਦੇ ਜਿਹੜੇ ਓਨਰ ਸਾਡੇ ਨਾਲ 50 ਤੋਂ ਵੱਧ ਜਿਹੜੇ ਜੁੜ ਚੁੱਕੇ ਨੇ। ਸਾਡਾ ਐਸੋਸੀਏਸ਼ਨ ਬਣਾਉਣ ਦਾ, ਕਲੱਬ ਬਣਾਉਣ ਦਾ ਇੱਕੋ ਇੱਕ ਮੁੱਦਾ ਵਾ ਕਿ ਸਭ ਤੋਂ ਪਹਿਲਾਂ ਲੁਧਿਆਣੇ ਸ਼ਹਿਰ ਦੀ ਸਫਾਈ, ਲੁਧਿਆਣੇ ਸ਼ਹਿਰ ਦੀ ਤਰੱਕੀ, ਉਹਦੇ ਵਾਲਾ ਜਿਹੜਾ ਵਾ ਪੂਰਾ ਪ੍ਰੈਸ ਕਲੱਬ ਜਿਹੜਾ ਵਾ ਤਨਦੇਹੀ ਦੇ ਨਾਲ ਕੰਮ ਕਰਕੇ ਆਪਣੀਆਂ ਸੇਵਾਵਾਂ ਜਿਹੜੀਆਂ ਦੇਵੇਗਾ। ਇਸ ਪ੍ਰੈਸ ਕਲੱਬ ਦੇ ਵਿੱਚ ਜਿੰਨੇ ਵੀ ਮੈਂਬਰ ਸਾਡੇ ਨਾਲ ਜੁੜੇ ਨੇ, ਪ੍ਰੈਸ ਕਲੱਬ ਵੱਲੋਂ ਉਹਨਾਂ ਸਾਰਿਆਂ ਦੀ ਇੱਕ ਸਭ ਤੋਂ ਪਹਿਲਾਂ ਇੰਸ਼ੋਰੈਂਸ ਵੀ ਕਰਵਾਈ ਜਾਏਗੀ। ਮੇਨ ਸਾਡਾ ਜਿਹੜਾ ਮੋਟਿਵ ਹੈ, ਇੱਕ ਪ੍ਰੈਸ ਕਲੱਬ ਵੀ ਸਾਡਾ ਜਿਹੜਾ ਹੋਣਾ ਚਾਹੀਦਾ ਵਾ, ਉਹਦੇ ਲਈ ਅਸੀਂ ਜਿਹੜੇ ਰਿਲੇਟਡ ਅਫਸਰ ਨਾਲ ਜਾਂ CM ਸਾਹਿਬ ਨਾਲ ਜਾਂ ਕਿਸੇ ਮੰਤਰੀ ਨਾਲ ਮਿਲਣਾ ਪਿਆ, ਮਿਲ ਕੇ ਸਾਰੀ ਜਿਹੜੀ ਸਾਡੀ ਐਸੋਸੀਏਸ਼ਨ ਹੈ ਇੱਕ ਲੁਧਿਆਣੇ ਦੇ ਵਿੱਚ ਡਿਜੀਟਲ ਪ੍ਰੈਸ ਕਲੱਬ ਜਿਹੜਾ ਵਾ ਇੱਕ ਉਹਨਾਂ ਦਾ ਘਰ ਹੋਣਾ ਜ਼ਰੂਰੀ ਆ, ਉਹਦੇ 'ਤੇ ਵੀ ਉਪਰਾਲਾ ਕਰੇਗੀ। ਸਾਡੇ ਚੇਅਰਮੈਨ ਸਾਹਿਬ ਕਵਲਜੀਤ ਸਿੰਘ ਜੀ ਛਾਵੜਾ ਜੋ ਲੁਧਿਆਣਾ ਲਾਈਵ ਵਾਲੇ ਹਨ ਅਤੇ ਸਰਪ੍ਰਸਤ ਹੀਰਾ ਸਾਹਿਬ ਅਤੇ ਸੁਖਵਿੰਦਰ ਜੀ, ਰਾਮਾ ਜੀ, ਪੂਰੀ ਟੀਮ ਜਿਹੜੀ ਆ ਇੱਕ ਟੀਮ ਵਰਕ ਦਾ ਕੰਮ ਕਰਕੇ ਇਸ ਸੰਸਥਾ ਨੂੰ ਤਨਦੇਹੀ ਦੇ ਨਾਲ ਅੱਗੇ ਵਧਾਏਗੀ ਅਤੇ ਆਮ ਜਨਤਾ ਦੀ ਸੇਵਾ ਕਰੇਗੀ। ਸਾਥੀਆਂ ਨਾਲ ਧੰਨਵਾਦ ਕਰਦਾ ਜਿਹੜੇ ਮੀਟਿੰਗ ਟਾਈਮ ਨਾਲ ਪਹੁੰਚ ਗਏ ਨੇ। ਅੱਜ ਦੀ ਮੀਟਿੰਗ ਦਾ ਮੇਨ ਮੁੱਖ ਏਜੰਡਾ ਜੋ ਮੈਂ ਸੋਚ ਰਿਹਾ ਕਿ ਸੋਸ਼ਲ ਮੀਡੀਆ ਨੂੰ ਮਜ਼ਬੂਤ ਕਿਸ ਤਰ੍ਹਾਂ ਕੀਤਾ ਜਾਵੇ। ਸੋਸ਼ਲ ਮੀਡੀਆ ਨੂੰ ਕੋਈ ਇੰਨੀ ਵੈਲਿਊ ਨਹੀਂ ਪੈ ਰਹੀ, ਔਰ ਜੋ ਫੇਕ ਨਿਊਜ਼ ਚੱਲ ਰਹੀ ਹੈ ਉਸ ਨਾਲ ਵੈਲਿਊ ਦਿਨ ਦਿਨ ਘੱਟਦੀ ਜਾ ਰਹੀ। ਇਸ ਦੀ ਮਜ਼ਬੂਤੀ ਵਾਸਤੇ ਮੈਂ ਪ੍ਰਧਾਨ ਜੀ ਕਹਾਂਗਾ, ਚੇਅਰਮੈਨ ਸਾਹਿਬ ਕਹਾਂਗਾ ਕਿ ਕਦਮ ਉਠਾਏ ਜਾਣ। ਸਭ ਤੋਂ ਪਹਿਲਾ ਮੁੱਦਾ ਹੈ ਕਿ ਸੋਸ਼ਲ ਮੀਡੀਆ ਦਾ ਇੱਕ ਚੈਨਲ ਆਪਣਾ ਹੋਵੇ, ਜੋ ਮੈਂ ਸੋਚ ਰਿਹਾ। ਇਸ ਦੇ ਲਈ ਜਲਦੀ ਤੋਂ ਜਲਦੀ ਉਪਰਾਲੇ ਕੀਤੇ ਜਾਣ। ਬਾਕੀ ਮੈਂ ਸਭ ਦੇ ਨਾਲ ਹਾਂ, CNN ਚੈਨਲ ਵੱਲੋਂ ਹਰ ਤਰ੍ਹਾਂ ਦੇ ਕਿਸੇ ਤਰ੍ਹਾਂ ਸਹਿਯੋਗ ਚਾਹੀਦਾ, ਬਿਲਕੁਲ ਪੂਰੀ ਤਰ੍ਹਾਂ ਸਭ ਦੇ ਨਾਲ। ਧੰਨਵਾਦ। ਇਸ ਤੋਂ ਪਹਿਲਾਂ ਕਿ ਖਾਲਸਾ ਜੀ ਧੰਨਵਾਦ ਕਰਨ, ਤੁਹਾਡੇ ਸਾਰਿਆਂ ਦੀ ਇੱਕ ਬਹੁਤ ਹੀ ਵੱਡੀ ਸਰਪ੍ਰਾਈਜ਼ਿੰਗ ਨਿਊਜ਼ ਮੈਂ ਦੱਸਣ ਜਾ ਰਿਹਾ ਕਿ ਰੀਸੈਂਟਲੀ ਮੈਨੂੰ ਮੈਸੇਜ ਵੀ ਦਿੱਤਾ ਸਾਡੇ ਬਹੁਤ ਅੱਛੇ ਮਿੱਤਰ ਨੇ ਰਵੀ ਜੱਸਲ ਜੀ, ਝਾਂਜਰ TV ਕੈਨੇਡਾ ਦੇ। ਉਹਨਾਂ ਦੇ 8 ਚੈਨਲਸ ਕੈਨੇਡਾ 'ਚ ਚੱਲ ਰਹੇ ਹੈ ਅਤੇ ਉਹਨਾਂ ਨੇ ਕਿਹਾ ਕਿ ਇੱਕ ਚੈਨਲ ਉਹ ਜਿਹੜਾ ਹੈਗਾ ਉਹ ਇੰਡੀਆ 'ਚ ਚਲਾਉਣ ਨੂੰ ਤਿਆਰ ਨੇ। ਉਸ ਚੈਨਲ 'ਤੇ ਕੰਟੈਂਟ ਕਿਹੜਾ ਚੱਲੇਗਾ? ਉਸ ਚੈਨਲ 'ਤੇ ਕੰਟੈਂਟ ਉਹੀ ਚੱਲੇਗਾ ਜਿਹੜਾ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਅਲੱਗ ਅਲੱਗ ਚੈਨਲ ਆਪਣੀਆਂ ਖ਼ਬਰਾਂ ਬਣਾਉਂਦੇ ਆ। ਜਿਹੜੇ ਐਗਰੀ ਹੋਣਗੇ ਉਹਨਾਂ ਸਾਰਿਆਂ ਦੀਆਂ ਖ਼ਬਰਾਂ ਉਸ ਚੈਨਲ 'ਤੇ ਚੱਲਣਗੀਆਂ। ਉੱਤੇ ਬਕਾਇਦਾ ਨਾਮ ਹੋਏਗਾ ਕਿ ਦਿਸ ਇਜ਼ ਨਿਊਜ਼ ਬਾਏ CNN, ਦਿਸ ਇਜ਼ ਨਿਊਜ਼ ਬਾਏ ਪੰਜਾਬ ਟੂਡੇ, ਦਿਸ ਇਜ਼ ਨਿਊਜ਼ ਬਾਏ ਖ਼ਬਰਾਂ ਫਟਾਫਟ, ਸਾਰਿਆਂ ਦੇ ਨਾਮ ਜਿਨ੍ਹਾਂ ਦੇ ਆ ਉਹਨਾਂ ਦੇ ਨਾਮ ਤੋਂ ਹੀ ਉਹ ਖ਼ਬਰ ਚੱਲੇਗੀ ਅਤੇ ਉਹ ਚੈਨਲ ਉਹਨਾਂ ਦਾ ਡੇ ਨਾਈਟ ਕੰਟੀਨਿਊਸਲੀ ਚੱਲਦਾ ਰਹੇਗਾ। ਅਤੇ ਬਹੁਤ ਜਲਦੀ ਇੱਕ ਵਾਰੀ ਉਹਨਾਂ ਨਾਲ ਆਪਾਂ ਮੀਟਿੰਗ ਰੱਖਾਂਗੇ। ਅਤੇ ਦੂਜਾ ਅਪੀਲ ਹੈ ਇਸ ਨਿਊਜ਼ ਨੂੰ ਜਿੰਨੇ ਵੀ ਦੇਖ ਰਹੇ ਆ ਪੂਰੇ ਇੰਡੀਆ ਤੋਂ, ਕੋਈ ਵੀ ਡਿਜੀਟਲ ਚੈਨਲ ਵਾਲੇ ਨੇ ਉਹ ਸਾਡੀ ਸੰਸਥਾ ਨਾਲ ਕੰਟੈਕਟ ਕਰਨ। ਸਾਡੇ ਪ੍ਰਧਾਨ ਜੀ ਸਰਬਜੀਤ ਜੀ ਅਤੇ ਸਾਡੇ ਚੇਅਰਮੈਨ ਸਾਹਿਬ ਕਵਲ ਛਾਬੜਾ ਜੀ ਅਤੇ ਪੂਰੀ ਟੀਮ ਦੇ ਨਾਲ, ਅਤੇ ਉਮੀਦ ਹੈ ਕਿ ਆਪਾਂ ਸਾਰੇ ਮਿਲ ਕੇ ਇਸ ਡਿਜੀਟਲ ਮੀਡੀਆ ਨੂੰ ਹੋਰ ਮਜ਼ਬੂਤ ਬਣਾਵਾਂਗੇ। ਹੁਣ ਧੰਨਵਾਦ ਦੇ ਲਈ ਖਾਲਸਾ ਜੀ। ਧੰਨਵਾਦ ਕੀਤਾ ਜਾਂਦਾ ਇਸ ਮੀਟਿੰਗ ਵਿੱਚ ਅੱਜ ਸ਼ਾਮਲ ਹੁੰਦਾ।
ਵਾਸਤੇ ਮੈਂ ਬਹੁਤ ਖੁਸ਼ੀ ਸਮਝਦਾ ਕਿ ਅਸੀਂ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੋਏ ਹਾਂ, ਕੋਚਰ ਸਾਹਿਬ ਜੀ ਔਰ ਕਵਰ ਚਾਵਲਾ ਜੀ, ਉਹ ਸਾਰਿਆਂ ਦੇ ਸਹਿਯੋਗ ਨਾਲ ਇਹ ਰੇਡੀਓ ਪ੍ਰੈਸ ਕਲੱਬ ਕਾਮਯਾਬ ਹੋਇਆ। ਔਰ ਅਸੀਂ ਮੈਂ ਇਹ ਚਾਹੁੰਦਾ ਕਿ ਅਸੀਂ ਸਾਰੇ ਲੋਕੀ ਇਸ ਨੂੰ ਹੋਰ ਉੱਚੀਆਂ ਲੰਬੀਆਂ ਤੱਕ ਲੈ ਕੇ ਜਾਈਏ ਤਾਂ ਜੇ ਪਤਾ ਲੱਗੇ ਕਿ ਡਿਜੀਟਲ ਪ੍ਰੈਸ ਕਲੱਬ ਲੁਧਿਆਣੇ ਬਣਿਆ। ਇੰਨੀਆਂ ਗੱਲਾਂ ਕਰਦਾ ਹੋਇਆ ਸਭ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਪਾਸੇ ਰੱਖੀਏ, ਅਸੀਂ ਕੋਸ਼ਿਸ਼ ਇਹ ਕਰੀਏ ਕਿ ਅਸੀਂ ਕਲੱਬ ਵੱਲੋਂ ਇੱਕ ਇਹੋ ਜਿਹੀ ਪੀਆਰ ਬਣਾਈਏ, ਇੱਕ ਇਹੋ ਜਿਹੇ ਪਬਲਿਕ। ਇੱਕ ਚੀਜ਼ ਮੈਂ ਕਹਿਣੀ ਚਾਹੂੰਗਾ ਕਿ ਜਿਹੜੀ ਮੈਂ ਪਰਸਨਲੀ ਕੁਛ ਦਿਨਾਂ ਤੋਂ ਬੜਾ ਵਧੀਆ ਮਹਿਸੂਸ ਕੀਤਾ, ਅੱਜ ਲੁਧਿਆਣੇ ਦੇ ਵਿੱਚ, ਪਹਿਲਾਂ ਪੁਰਾਣੀ ਗੱਲ ਕਰਦਾ, ਜਦੋਂ ਮੈਂ ਬਿਊਰੋ ਚੀਫ ਹੁੰਦਾ ਸੀ ਦੈਨਿਕ ਜਾਗਰਣ ਦਾ, ਉਦੋਂ ਜਦੋਂ ਵੀ ਕੋਈ ਇਵੈਂਟ ਲੁਧਿਆਣੇ 'ਚ ਹੁੰਦਾ ਸੀਗਾ ਤੇ ਉਸ ਇਵੈਂਟ ਦਾ ਮੀਡੀਆ ਪਾਰਟਨਰ ਕੋਈ ਨਾ ਕੋਈ ਅਖਬਾਰ ਹੁੰਦਾ ਸੀਗਾ। ਮੇਰੀ ਬੇਟੀ ਨੇ ਕੱਲ ਕੱਢੇ ਨਵੇਂ ਸਾਲ ਦੇ ਸਾਰੇ ਇਵੈਂਟਸ, ਤੇ ਹਰ ਇਵੈਂਟ ਦੇਖਿਆ ਵੀ ਕਿਸੇ ਇਵੈਂਟ 'ਚ ਅਖਬਾਰ ਤਾਂ ਕੋਈ ਨੀ ਲੱਭਿਆ ਇੱਕ ਇਵੈਂਟ ਤੋਂ ਸਿਵਾਏ, ਜਦਕਿ ਸਾਰੇ ਦੇ ਸਾਰੇ ਇਵੈਂਟਸ ਦੇ ਵਿੱਚ ਮੀਡੀਆ ਪਾਰਟਨਰ ਸੀ ਲੁਧਿਆਣਾ ਲਾਈਵ। ਤਾਕੀਦਾ ਮਾਰਦੇ ਯਾਰ, ਇਹ ਬਹੁਤ ਵੱਡਾ ਸਾਡੇ ਡਿਜੀਟਲ ਮੀਡੀਆ ਕਲੱਬ ਦੇ ਲਈ ਇੱਕ ਬਹੁਤ ਵੱਡਾ ਮਾਣ ਹੈ ਕਿ ਅਸੀਂ ਉਸ ਟੀਮ ਦੇ ਵਿੱਚ ਹੈ। ਸਾਡਾ ਚੇਅਰਮੈਨ ਉਹ ਬੰਦਾ ਜਿਹਦੀ ਸੰਸਥਾ ਨੂੰ ਹਰ ਆਰਗਨਾਈਜੇਸ਼ਨ, ਹਰ ਸਟਾਰ, ਹਰ ਮੂਵੀ, ਹਰ ਯੂਨਿਟ ਲਾਈਕ ਕਰ ਰਿਹਾ ਤੇ ਅੱਜ ਹਰ ਟੀਮ ਦਾ ਮੀਡੀਆ ਪਾਰਟਨਰ ਹੈ ਲੁਧਿਆਣਾ ਲਾਈਵ। ਸੋ ਬਹੁਤ ਬਹੁਤ ਮੁਬਾਰਕਾਂ ਕਮਲ ਜੀ, ਤੇ ਇਸੇ ਮਾਨ ਦੇ ਨਾਲ, ਇਸੇ ਪਿਆਰ ਦੇ ਨਾਲ, ਇਸੇ ਆਦਰ ਦੇ ਨਾਲ ਤੁਹਾਨੂੰ ਰਿਕੁਐਸਟ ਹੈ ਕਿ ਡਿਜੀਟਲ ਮੀਡੀਆ ਕਲੱਬ ਦੇ ਵੱਲੋਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਸਾਰਿਆਂ ਨੂੰ ਦਿਓ। ਸਤਿਕਾਰਯੋਗ ਮੇਰੇ ਪਿਆਰੇ ਸਾਰੇ ਵੀਰ, ਸਟੇਜ ਤੇ ਬਿਰਾਜਮਾਨ ਸਾਰੇ ਡਿਗਨੀਟਰੀਜ਼, ਸਾਡੇ ਪ੍ਰਧਾਨ ਸਾਹਿਬ ਤੇ ਬਾਕੀ ਬੋਰਡ ਮੈਂਬਰਸ, ਸਾਰਿਆਂ ਨੂੰ ਤਹਿ ਦਿਲੋਂ ਮੇਰਾ ਪਿਆਰ ਭਰਿਆ ਨਮਨ। ਮੇਰੀ ਤੁਹਾਡੇ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਅਸੀਂ ਅੱਜ ਡਿਜੀਟਲ ਪ੍ਰੈਸ ਕਲੱਬ, ਜੋ ਕਿ ਹੁਣ ਰਜਿਸਟਰਡ ਸੋਸਾਇਟੀ ਈਵਨ, ਇਹਦੇ ਵਿੱਚ ਤੁਸੀਂ ਸਾਰੇ ਜਿੰਨੇ ਵੀ ਸਾਡੇ ਵੀਰ ਹੋ, ਇਹ ਆਰਗੇਨਾਈਜੇਸ਼ਨ ਸਿਰਫ ਔਰ ਸਿਰਫ ਤੁਹਾਡੀ ਹੈ, ਇਹ ਤੁਹਾਡੇ ਕਰਕੇ ਹੈ ਤੇ ਤੁਹਾਡੇ ਨਾਲ ਹੀ ਅੱਗੇ ਜਾਏਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਰੇ ਇੱਥੇ ਆਏ। ਬਸ ਮੈਂ ਇੱਕ ਰਿਕੁਐਸਟ ਸਾਰਿਆਂ ਨੂੰ ਇਹੀ ਕਰਾਂਗਾ ਕਿ ਜਦੋਂ ਵੀ ਕੋਈ ਵੀ ਸੱਜਣ ਆਪਣੇ ਵਿਚਾਰ ਸਾਂਝੇ ਕਰਦਾ ਹੈ ਤੇ ਉਸਦੇ ਅੰਦਰ ਕੋਈ ਇਮੋਸ਼ਨਸ ਜੁੜੇ ਹੁੰਦੇ ਆ ਉਹਦੇ, ਤੇ ਉਸ ਇਮੋਸ਼ਨਸ ਦੀ ਅਸੀਂ ਸਾਰੇ ਰਿਸਪੈਕਟ ਕਰਿਆ ਕਰੀਏ, ਕਿਉਂਕਿ ਕੱਲ ਨੂੰ ਇਹ ਵਿਚਾਰ ਤੁਸੀਂ ਵੀ ਸਾਂਝੇ ਕਰਨੇ ਹੈ, ਤੁਹਾਡੀ ਵੀ ਰਾਏ ਹੈ, ਤੁਹਾਡੇ ਵੀ ਸੁਜੈਸ਼ਨਸ ਹੈ, ਤੁਹਾਡੇ ਵੀ ਫੀਡਬੈਕਸ ਹੈ, ਤਾਂ ਕਿ ਅੱਜ ਜੇ ਅਸੀਂ ਸਾਰਿਆਂ ਦੀ ਰਿਸਪੈਕਟ ਕਰਾਂਗੇ ਤੇ ਸਾਨੂੰ ਇਨ ਰਿਟਰਨ ਉਹੀ ਰਿਸਪੈਕਟ ਵਾਪਸ ਆਵੇ। ਮੈਂ ਤੁਹਾਡੇ ਸਾਰਿਆਂ ਤੋਂ ਛੋਟਾ ਜੀ ਔਰ ਬਹੁਤ ਬਹੁਤ ਰਿਸਪੈਕਟ ਕਰਦਾ ਸਾਰਿਆਂ ਦੀ ਤਹਿ ਦਿਲੋਂ, ਤੇ ਸਭ ਨੂੰ ਇਹੀ ਬੇਨਤੀ ਕਰੂੰਗਾ ਕਿ ਇਹ ਜੋ ਡਿਜੀਟਲ ਪ੍ਰੈਸ ਕਲੱਬ ਸਾਡਾ ਰਜਿਸਟਰਡ ਹੋਇਆ ਹੈ, ਇਹ ਤਾਂ ਹੀ ਅੱਗੇ ਜਾ ਸਕਦਾ ਹੈ ਤੇ ਤਾਂ ਹੀ ਹੋਰ ਵੱਡਾ ਹੋ ਸਕਦਾ ਹੈ ਜੇ ਸਾਰੇ ਆਪਣਾ ਆਪਣਾ ਪੂਰਾ ਯੋਗਦਾਨ ਤੇ ਸਹਿਯੋਗ ਇਹਦੇ ਚ ਭਾਗ। ਨਵਾਂ ਸਾਲ ਆ ਗਿਆ ਜੀ, ਜਿਵੇਂ ਕਿ ਮੇਰੇ ਵੱਡੇ ਭਰਾ ਨੇ ਕਿਹਾ ਕਿ ਲੁਧਿਆਣਾ ਲਾਈਵ ਸਾਰੀ ਜਗ੍ਹਾ ਹੈ, ਉਹ ਲੁਧਿਆਣਾ ਲਾਈਵ ਸਾਡਾ ਨਹੀਂ ਹੈ ਜੀ, ਮੇਰਾ ਨਹੀਂ ਹੈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਡਿਜੀਟਲ ਮੀਡੀਆ ਇਸ ਟਾਈਮ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ ਅਤੇ ਸਭ ਤੋਂ ਵੱਡੀ ਤਾਕਤ ਹੈ, ਅਤੇ ਜੇ ਸਰੋਤੇ ਅਤੇ ਦਰਸ਼ਕ ਇਸੇ ਨਾਲ ਜੁੜਦੇ ਨੇ ਅਤੇ ਜਿੱਥੇ ਆਪਣੀ ਖਬਰ ਨੂੰ ਬਹੁਤ ਜਲਦੀ ਦੂਜਿਆਂ ਤੱਕ ਪਹੁੰਚਾ ਸਕਦੇ ਨੇ, ਉੱਥੇ ਹੀ ਇੱਕ ਵੱਡੀ ਪਾਵਰ ਦੇ ਰੂਪ ਦੇ ਵਿੱਚ ਡਿਜੀਟਲ ਮੀਡੀਆ ਲੋਕਾਂ ਨੂੰ ਇਨਸਾਫ਼ ਦਿਲਾਉਣ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਨਿਵਾਰਨ ਦੇ ਲਈ ਵੀ ਇੱਕ ਵੱਡੀ ਅਤੇ ਅਹਿਮ ਭੂਮਿਕਾ ਨਿਭਾ ਸਕਦਾ ਹੈ। ਵਾਇਸ ਆਫ ਏਸ਼ੀਅਨਸ ਬਿਊਰੋ ਰਿਪੋਰਟ, ਲੁਧਿਆਣਾ।